ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸੋ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸਵੇਰ ਤੇ ਲੱਗੇ ਹੋਏ ਜੀ, ਪਹਿਲਾਂ ਧੋ ਧੋਈਆ ਕਰਨ, ਸੌਂਕਣ ਦੀ ਉਂਗਲੀ 'ਤੇ ਥੋੜ੍ਹੀ ਸੱਟ ਵੱਜੀ, ਉਹ ਗੱਡੀ ਦੇ ਨਾ ਬੈਕ ਸਾਈਡ ਨੰਬਰ ਪਲੇਟ ਦੀ ਪੱਟਣ ਲੱਗੇ, ਅਤੇ ਉਹ ਨੰਬਰ ਪਲੇਟ ਲਵਾ ਲਈ ਸੀ ਦੂਜੀ ਸਰਕਾਰੀ ਜਿਹੜੀ ਗੌਰਮੈਂਟ ਲੱਗ ਗਈ ਸੀ, ਉਹ ਦੂਜੀ ਪੱਟ ਦੇ ਪਟਾਉਂਦੇ ਤਾਂ ਫਿਰ ਉਹ ਮਤਲਬ ਉਰੇ ਵੱਜ ਗਿਆ, ਥੋੜ੍ਹੇ ਜਿਹੇ ਖੂਨ ਜਿਹਾ ਨਿਕਲ ਆਇਆ। ਅਤੇ ਅੱਜ ਚੱਲੇ ਹਾਂ 30-30 ਦੇ ਬੈਂਫਰ ਲਵਾਉਣ, ਗੱਭਰੂ ਵਾਲਾ ਟਰੈਕਟਰ ਹੈ ਇਹ, ਅਤੇ ਚੱਲਿਆ ਹੁਣ ਸਰਹੰਦ ਨੂੰ ਟਰੈਕਟਰ 'ਤੇ ਬੈਂਫਰ ਲਵਾਉਣਾ, ਹੁਣ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਆਪਾਂ ਵੀਡੀਓ ਦੇ ਵਿੱਚ। ਸੋ ਸਮਾਨ ਦੀ ਧੋ ਧੁਆਈ ਲੱਗੇ ਹੋਏ ਕਰਨ, ਪਹਿਲਾਂ ਇੱਧਰ ਅੱਜ ਪੰਪ ਧੋਤਾ ਸਵੇਰ ਦੇ ਨੇ ਗੱਡੀ, ਫਿਰ ਲੇਜ਼ਰ ਕਰਾ, ਫਿਰ ਪੰਪ ਦਾ ਨੰਬਰ ਲਾਇਆ, ਅਤੇ ਹੁਣ ਉਹ ਰੂਟਾਵੀਟਰ ਦਾ ਨੰਬਰ ਲੱਗ ਰਿਹਾ। ਸੋ ਕਰਦੇ ਕਰਾਉਂਦੇ ਸਾਰੇ ਸਮਾਨ ਦੀ ਜਿਹੜੀ ਸੰਭਾਲ ਉਹ ਵੀ ਬੜੀ ਜ਼ਰੂਰੀ ਹੈ। ਤਵੀਆਂ ਟੈਂਕੀਆਂ ਆਪਾਂ ਨੇ ਉਹ ਉੱਪਰੇ ਲਾਤੀਆਂ ਉੱਧਰ, ਅਤੇ 5 ਕਿੱਲਿਆਂ ਦਾ ਪੈਪ ਹੈ ਇਹਨੂੰ, ਇਹ ਪੰਪ ਦਾ ਸੌਦਾ ਮਾਰਿਆ ਤਾ ਆਪਾਂ ਨੇ ਪਿੱਛੇ, ਜੇ ਤੁਸੀਂ ਦੱਸਿਓ ਮਾਰ ਜਾ ਕਿ ਕਿੰਨੇ ਕੁ ਤਾਂ ਬਣਿਆ ਹੋਊਗਾ ਸੌਦਾ। ਇਹ ਨਵਾਂ ਮੇਰੇ ਖਿਆਲ ਨਾਲ ਗੱਭਰੂ ਸ਼ਾਇਦ 1.5 ਤੋਂ 2 ਦੇ ਵਿੱਚ ਹੈਗੀ ਹੈ, 1.5 ਪੌਣੇ 2 ਦਾ ਨਵਾਂ, ਹੈ ਨਾ ਨਵਾਂ, ਹਾਂ ਜਿਹੜਾ ਹੁਣ ਬਣਦਾ ਉਹ 1.5 ਕਿਲੋ ਦਾ, ਪਹਿਲਾਂ 1.5 ਚ ਵੀ ਬਣਦਾ ਤਾ, 1.5 ਚ ਬਣਦਾ, ਸੁਧਾਰ ਵੀ ਬਹੁਤ ਕਰਤੇ, ਸੁਧਾਰ ਵੀ ਬਹੁਤ ਕਰਤੇ। ਤੇ ਇਹਦੀ 5 ਕਿੱਲਿਆਂ ਦੀ ਪੈਪ ਹੈ, ਦੂਜੀ ਕੋਰੀ ਵਾਲੀ ਪੈਪ ਹੈ, ਵਧੀਆ ਲੱਗੀ ਵੀ, ਗਨ ਗੁਣ ਸਾਰੀ ਓਰੀਜਨਲ ਹੈ। ਸੋ ਦੱਸਿਓ ਬਾਕੀ ਕਿੰਨੇ ਕੁ ਦਾ ਸੌਦਾ ਲੱਗਦਾ ਤੁਹਾਨੂੰ, ਹੈ ਨਾ। ਇਹ ਆਪਾਂ ਨੇ ਲੈ ਲਿਆ ਤਾਂ ਪਿੱਛੇ ਤੂੜੀ ਵਾਲੇ ਸੀਜ਼ਨ 'ਚ, ਪਰ ਹੁਣ ਕੱਢਿਆ ਤਾਂ ਹੀ, ਇੱਕ ਤਾਂ ਇਹਦੇ ਮਤਲਬ ਥੋੜ੍ਹੀ ਜਿਹੀ ਨਾ ਇਹਦੀ ਕੰਪਰੈਸ਼ਰ ਦੀ ਇੱਥੋਂ ਵਾਲੀਆਂ ਬੋਕੀਆਂ ਕੋਲ 'ਤੇ ਆਪਾਂ ਨੇ ਸੀਲਾਂ ਜੀਆਂ ਪਾਉਣੀਆਂ, ਥੋੜ੍ਹਾ ਥੋੜ੍ਹਾ ਤੇਲ ਜਿਹਾ ਸਿੰਮਦਾ ਮਾੜਾ ਮੋੜਾ, ਅਤੇ ਫੰਕਸ਼ਨ ਸਾਰੇ ਇਹਦੇ 'ਚ ਵੀ ਹੈਗੇ ਹੀ ਆ, ਹੈ ਨਾ, ਪੈਰ ਨਾਲ ਇਕੱਠਾ ਗੁੱਠਾ ਕਰਨਾ। ਬਾਕੀ ਚੀਜ਼ ਬੜੀ ਹੈਵੀ ਹੈ ਯਾਰ ਗੱਭਰੂ, ਦੂਆ ਆਪਾਂ ਜੇ ਘਰੇ ਬਣਾਉਂਦੇ ਇਹੋ ਜਿਹਾ ਬਣਨਾ ਨਹੀਂ ਤਾਂ ਵੀਰੇ ਗੱਲ ਬਣਦੀ ਹੋ ਨਹੀਂ, ਅਗਲਾ ਹੁਣ ਇੰਨੇ ਪੈਸੇ ਲਾ ਕੇ ਦੇਖ ਆਪਾਂ ਨੇ ਬਣਾ ਲਈਏ, ਵੱਧ ਦੇ ਵੱਧ 70-80 ਹਜ਼ਾਰ ਰੁਪਏ ਲਾ ਦਾਂਗੇ। 1600 ਲੀਟਰ ਦੀ ਟੈਂਕੀ, ਨਾਲ ਟੈਂਕੀ ਵੀ ਬੜੀ ਹੈ, ਨਾਲ ਜਿਹੜੇ ਆਏ ਆ ਜਿਹੜੀ ਗੱਲ ਕੰਪਨੀ ਨੇ ਬਣਾਉਣੀ ਆ ਉਹ ਆਪਾਂ ਆਪ ਕੁਝ ਕਰ ਨਹੀਂ ਸਕਦੇ, ਆਪ ਨਹੀਂ ਆਪਾਂ ਤੇ ਉਹਨਾਂ ਨਹੀਂ, ਬਣਾ ਬਣ ਵੀ ਜਾਂਦਾ ਬਹੁਤ ਵਧੀਆ, ਪਰ ਇਹ ਗੱਲ ਨਹੀਂ ਬਣਦੀ, ਨਾ ਨਾ ਉਵੇਂ ਨਹੀਂ, ਹਾਂ ਕੰਪਨੀ ਦੀ ਚੀਜ਼ ਕੰਪਨੀ ਦੀ ਆ, ਕੱਲ ਨੂੰ ਰੀਸੇਲ ਵੀ ਹੈਗੀ ਆ, ਮੈਂ ਜਿੱਥੇ ਮਰਜ਼ੀ ਭਜਾਈ ਫਿਰੀ ਜਾਂਦਾ, ਦੂਏ ਨੂੰ ਸਾਲਾ ਡਾਲਪਰ ਨੂੰ ਵੀ ਟਵਾਉਣ ਲੱਗੇ ਡਰ ਲੱਗਦਾ। ਤੇ ਇੱਧਰ ਧੋ ਧਵਾਈ ਹੋ ਗਈ ਸਮਾਨ ਦੀ, ਤੇ ਚੱਲਦੇ ਹੁਣ ਸਰਹੰਦ ਨੂੰ। ਸੋ ਪਹਿਲਾਂ ਆਪਾਂ ਬੰਪਰ ਦਿਖਾਈਏ ਟਰੈਕਟਰ ਤਾਂ, ਦੇਖਦੇ ਹਾਂ ਕਿਵੇਂ ਦੀ ਲੁੱਕ ਲੱਗਦੀ। ਗੱਭਰੂ ਹੋਰ ਵੀ ਕਰਾਉਣਾ ਕੁਛ? ਹੋਰ ਵੀ ਟੇਪ ਟੂਪ ਕਰਾਵਾਂਗੇ ਜਿਹੜੀ ਰਹਿੰਦੀ ਆ। ਅੱਛਾ, ਮਾੜੀ ਉੱਥੇ ਜਾ ਕੇ ਆਪਣਾ ਸਲਾਹ ਭਰਾ, ਜਿਹੜਾ ਕੁਛ ਹੋਈ ਗਿਆ ਜਿਹੜਾ ਕੁਛ ਹੋਈ ਗਿਆ ਕਰਾਈ ਜਾਣਾ। ਅੱਜ ਦੀ ਦਿਹਾੜੀ ਹਾਲੈਂਡ ਦੇ ਨਾਂ ਹੈ, ਹਾਂ ਬਸ 4 ਵਜੇ ਤੱਕ ਹਾਲੈਂਡ ਦੇ ਨਾਂ ਆ, ਉਹ ਤੇ ਬਾਅਦ ਡਿਊਟੀ ਸਕਦਾ ਸੋ ਚੱਲਦੇ ਹਾਂ ਜੀ, ਫਿਰ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਅਗਲੀ ਕਾਰਵਾਈ। ਮਾੜੀ ਇਸ ਸਾਲ ਤੇ ਲੋ ਆਈ ਮੀਡੀਅਮ ਨਿਊਟਰਲ, ਪਹੁੰਚ ਗਏ ਸੀ ਸਰਹੰਦ। ਇਹ GT ਰੋਡ ਆ ਬੜਾ ਜੀ, ਮਤਲਬ ਚਾਵਲਾ ਚੌਂਕ ਕਹਿ ਦਿੰਦੇ ਇਹਨੂੰ, GT ਰੋਡ 'ਤੇ ਬੜਾ ਦਿੱਲੀ ਅੰਮ੍ਰਿਤਸਰ ਵਾਲਾ ਰੋਡ ਆ ਇਹ, ਅਤੇ ਇੱਥੇ ਮਤਲਬ ਪਹਿਲਾਂ ਆਪਣੇ ਟਰੈਕਟਰਾਂ 'ਤੇ ਵੀ ਸਾਰਿਆਂ 'ਤੇ ਇੱਥੋਂ ਹੀ ਲੱਗੀਆਂ ਸੀ ਛੱਤਰੀਆਂ, ਅਤੇ ਇੱਕ ਮੈਸੀ ਸਮਾਰਟ 95-63 ਵੀ ਨਵਾਂ ਹੀ ਦੇਖਿਆ। ਸੋ ਇਹਦੇ ਬਾਰੇ ਵੀ ਦੇਖਦੇ ਹਾਂ ਆਪਾਂ, ਥੋੜ੍ਹੀ ਬਹੁਤੀ ਜਾਣਕਾਰੀ ਲਾਸਟ 'ਚ ਦੇ ਦਾਂਗੇ। ਅਤੇ ਨਿਊ ਦਸ਼ਮੇਸ਼ ਐਗਰੋ ਵਾਲਿਆਂ ਦੇ ਅਤੇ ਬੈਂਫਰ ਤਿਆਰ ਹੋਇਆ ਵਾ, ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਅਤੇ ਅੱਜ ਪਹਿਲਾਂ ਤੁਹਾਡੀ ਬੈਂਫਰਾਂ ਕਿੰਨੀ ਝਾਤੀ ਮਿਲਾਈਏ, ਅਤੇ ਆਹ ਨੰਬਰ ਹੈ ਬਾਈ ਜਿਹਨੇ ਕਿਸੇ ਨੇ ਹੁੱਕ ਹੱਕ ਦਾ ਜਾਂ ਕੁਛ ਵੀ ਕੰਮ ਕਰਾਉਣਾ, ਹੈ ਨਾ। ਸੋ ਆਹ ਸਾਰੀ ਅਸੈਸਰੀ ਜਿੰਨੀ ਵੀ ਹੈ ਸਾਰੀ ਤੁਸੀਂ ਨਿਗਾਹ ਮਾਰ ਲਓ, ਸੋ ਆਹ ਕੰਟੈਕਟ ਨੰਬਰ ਹੈ, ਸੋ ਫੋਨ ਕਰਕੇ ਤੁਸੀਂ ਪਤਾ ਕਰ ਸਕਦੇ ਹੋ। ਉਹ ਬੈਂਫਰ ਪਏ ਨੇ ਜੀ, ਇਹ ਮਤਲਬ ਇਹ ਦੂਆ ਇਹ 1 ਇੰਚੀ ਪਲੇਟ 'ਚ ਹੈ, ਇਹ 1 ਇੰਚੀ ਹੈ, 1.5 ਇੰਚੀ ਹੈ, ਉਹ 1.25 ਇੰਚੀ, ਠੀਕ ਹੈ। ਜਿਹੜੀ ਫਰੰਟ ਵਾਲੀ ਹੈ, ਸਾਈਡਾਂ ਵਾਲੀਆਂ ਸੇਮ ਆ, ਆਹ ਜਿਹੜੀ ਸਾਰੇ ਸੇਮ ਆ ਵੀਰੇ। ਅੱਛਾ, ਹਾਂ 18-19 ਇੰਚ, ਠੀਕ ਹੈ। ਤੇ ਹੁਣ ਪੇਂਟ ਪੂੰਟ ਸਾਰਾ ਡਨ ਹੈ ਤੇ ਬਸ ਕਸਣਾ ਹੀ ਆਉਣਾ, ਹੈ ਨਾ, ਫਿਰ ਆਹੀ ਕਰਾ ਲੈਂਦੇ ਹਾਂ ਨਾ, ਬਸ ਨਾਲੇ ਵਧੀਆ ਕੁਆਂਟਲ ਦੇ ਵਾਲਾ ਤਾਂ ਅਸੀਂ ਮਾਰਿਆ ਉਹ ਦੇ ਉੱਤੇ ਦੋ ਬੰਪਰ ਅੱਜ ਜਾਣੇ ਆ ਪਰ ਦੂਆ 2K ਵਾਲਾ ਨਾ, ਇਹ ਤਾਂ ਫਿਰ ਜ਼ਿਆਦਾ ਹੋ ਰਿਹਾ, ਇਹ ਤਾਂ ਡਰੋਪੀ ਹੈ ਨਾ, ਚੱਲ ਹਾਂ ਇਹ ਚਮਕਾਲਾ ਹੈ ਗੱਭਰੂ, ਆ ਵੀ ਸੁਨੱਖਾ ਲੱਗਦਾ ਵੈਸੇ, ਠੀਕ ਹੈ ਚੱਲ ਉਹ ਵੀ ਠੀਕ ਹੈ, ਦੇਖ ਹੱਥ ਫਿਰ ਆਪਣੀ ਜਗ੍ਹਾ ਤੇ, ਗੱਭਰੂ ਹੁੱਕ ਤਾਂ ਠੀਕ ਹੈ,
ਬਹੁਤ ਠੀਕ ਹੈ ਨਟਾਂ ਨੁਟਾਂ ਦਾ ਤਾਂ ਨਹੀਂ ਵਿੱਚ ਹੁੰਦਾ ਵਜਨ ਵਿੱਚੇ ਨਟ ਵੀ ਨਟਾਂ ਦਾ ਤਾਂ ਮੇਰੇ ਵਜਨ ਤੁਸੀਂ ਗਲਤ ਕਹਿ ਰਹੇ 900 ਗ੍ਰਾਮ ਵਿੱਚ ਫਿਰ ਪਿੱਛਾ ਤਾਂ ਹੁੰਦਾ ਨਾ ਹਾਂ ਨਟੇ ਮੰਗਾ ਲਓ 100 ਰੁਪਏ ਮੈਂ ਇਹ ਬਾਲੇ ਦਾ ਜਵਾਬ ਆ ਇਹਨੂੰ ਇਹਨੂੰ ਚੱਕੀ ਜਾਈ ਉੱਪਰ ਵੈਸੇ ਬੈਠਣਾ ਤਾਂ ਇਹਨੇ ਥੱਲੇ ਹੀ ਆ ਹਨਾ ਆਇਨ ਓਕੇ ਭਾਈ ਉਹਦੇ ਵਜਨ ਹੁਣ ਤੂੰ ਕਹਿਣ ਜੋਗਾ ਨਹੀਂ ਨਟ ਸਟੀਲੀ ਪਵਾ ਤੇ ਨਾ ਨਾ ਠੀਕ ਹੈ ਨਹੀਂ ਨਹੀਂ ਸਟੀਲੀ ਨਟ ਪੈ ਗਏ ਹੁਣ ਬਾ ਵੀਰੇ ਕਸੇ ਇਹਨਾਂ ਨੂੰ ਹਿਸਾਬ ਨਾਲ ਆਇਨ ਚੰਗੀ ਤਰ੍ਹਾਂ ਮੇਰੀ ਚਲਾਈ ਬਹੁਤ ਤਕੜੀ ਆ ਹਿਸਾਬ ਨਾਲ ਕੀ ਫਿਰ ਤਾਮਣ ਮਿੱਥਾ ਵੀਲ ਪਾਨੇ ਨਾਲ ਜ਼ੋਰ ਪੈ ਰਿਹਾ ਵੀਲ ਪਾਨੇ ਨਾਲ ਕੱਸ ਦਿਓ ਸਾਰੇ ਨੂੰ ਬੈਲਡਿੰਗ ਲਾ ਦੋ ਹਿੱਲੇ ਨਾ ਸ਼ੋ ਜੀ ਤੇ ਤਾਂ ਨਟ ਜੇ ਗਿਣਨ ਲੱਗ ਗਿਆ ਮਨੀ ਸ਼ੋ ਦੇ ਨਟ ਤਾਂ ਗਿਣਨ ਲੱਗ ਗਿਆ ਪਰੂ ਕੋਲ ਤਾਂ ਕੱਦੂ ਕਰੇ ਇੱਕ ਇਹਦਾ ਜਦ ਸੀਜ਼ਨ ਮੁੱਕਿਆ ਕਰੂਗਾ ਇੱਕ ਵਾਰ ਪਹਿਲੇ ਲੈ ਜਾ ਕੇ ਆਉਣਾ ਪੈਣਾ ਵੇ ਬਾਈ ਜਿਹੜਾ ਜਿਹੜਾ ਕੁਛ ਇਹਦੇ ਅੰਜਰ ਪੰਜਰ ਹਿੱਲੇ ਆ ਸਾਰੇ ਘਾ ਤੇ ਸਹੀ ਗੱਲ ਹੈ ਤੇ ਹੁਣ ਇਹਨੂੰ ਸਪਰੇਅ ਦਵਾਉਣੀ ਹੈ ਰੰਗ ਰੁੰਗ ਹੋਣੇ ਵਾਲਾ ਕਹਿੰਦਾ ਜਿੱਥੇ ਜਿੱਥੇ ਹੈਗੀ ਟੱਚਿੰਗ ਜੀ ਆਪਾਂ ਨਾਲ ਦੀ ਨਾਲ ਮਾਰੀ ਜਾਣੀ ਗੱਭਰੂ ਆ ਤਾਂ ਗਲਤ ਨਹੀਂ ਸਿਆਣੀ ਨਾਲ ਦੀ ਨਾਲ ਨਾ ਹੁਣ ਰੰਗ ਮਾਰੀ ਜਾਈ ਮਤਲਬ ਜਿੱਥੇ ਕਿਤੇ ਕਾਲਾ ਜਿਹਾ ਰੰਗ ਉੱਤਰ ਬਸ ਬਸ ਹੁਣ ਬਸ ਛੋਹ ਤੇ ਨਾ ਪੰਗਾ ਲਈ ਮਗਰਾ ਤਾਂ ਲੱਗਦੀ ਜ਼ਿਆਦਾ ਲੱਗ ਜਾਣੀ ਬਸ ਚੱਲ ਕੋਈ ਨਹੀਂ ਬਈ ਗੱਭਰੂ ਨਾਲ ਪਿਆਰ ਆ ਦੇਖ ਤਾਂ ਹੀ ਦੁਬਾਰੇ ਚ ਭੱਜੇ ਫਿਰਦੇ ਆ ਹਲੇ ਦੋ ਹੋਰ ਫਿਰਦੇ ਆ ਭੱਜੇ ਹਾਂ ਤੇ ਇੱਧਰ ਸਾਰੀ ਅਸੈਸਰੀ ਪਈ ਹੈ ਜੀ ਜਿੰਨੀ ਵੀ ਅੰਦਰ ਵਰਕਸ਼ਾਪ ਸਾਰਾ ਹਰ ਤਰ੍ਹਾਂ ਦਾ ਬੈਂਫਰ ਤਿਆਰ ਹੈ ਤੇ ਛਤਰੀਆਂ ਛੁਤਰੀਆਂ ਦਾ ਜੋ ਵੀ ਕੰਮ ਹੈ ਹਨਾ ਵਧੀਆ ਮਤਲਬ ਸਿਰੇ ਦੇ ਲੈਵਲ ਤੇ ਹੁੰਦਾ ਕੰਮ ਇੱਥੇ ਆ ਯੂ ਪੈਪ ਤਿਆਰ ਕਰੇ ਪਏ ਆ ਬਹੁਤ ਤੇ ਨਾਲ ਦੀ ਨਾਲ ਇਦਾਂ ਨਹੀਂ ਹੈ ਵੀ ਮਤਲਬ ਵੀ ਤੁਸੀਂ ਆਉਂਗੇ ਜਾਂ ਤੁਹਾਨੂੰ ਵੇਟ ਕਰਨਾ ਪੈਣਾ ਯੂ ਜਿਹੜੇ ਟਰੈਕਟਰ ਦਾ ਵੀ ਕਹੋਗੇ ਤੁਹਾਡੇ ਲਈ ਉਹ ਤਿਆਰ ਹੀ ਤਿਆਰ ਹੈ ਇੱਥੇ ਹਰ ਟਾਈਮ ਪੇਂਟ ਕੁਆਲਿਟੀ ਤੁਸੀਂ ਜਿਵੇਂ ਦੀ ਕਹੋਗੇ ਮੈਟ ਬਲੈਕ ਕਰਾਉਣਾ ਜਾਂ ਦੂਜਾ ਹਨਾ ਸ਼ਾਈਨਿੰਗ ਵਾਲਾ ਕਰਾਉਣਾ ਉਹ ਨਾਲ ਦੀ ਨਾਲ ਮਤਲਬ ਉਦਾਂ ਦਾ ਟੂਲ ਤਾਂ ਨਹੀਂ ਕਢਾਉਣਾ ਹੁਣ ਉਹਦੇ ਚ ਉਹ ਰਹਿਣ ਦੇ ਛੱਡ ਪਰੇ ਛਣਕ ਜਾਣਾ ਇਹਨੇ ਸ਼ੋਅ ਛਤਰੀ ਨੇ ਸਾਰੀ ਨੇ ਇੱਥੇ ਕਹਿੰਦਾ ਕਹਿੰਦਾ ਟੂਲ ਕਢਾਉਣਾ ਉਹਦੇ ਨੂੰ ਦੱਸ ਬੰਦੇ ਦੋ ਹੋਰ ਆ ਗਏ ਜੀ ਆਪਣੇ ਹੁਣ ਵਾਂਪਰ ਲਾਉਣ ਵਾਲੇ ਅੱਜ ਵਾਂਪਰ ਇੰਨੇ ਦਾ ਆਏ ਨੇ ਜਿਹੜੇ ਚਕਾ ਕੇ ਲਵਾ ਲਿਆ ਸੀ ਨਾ ਤੁਹਾਡਾ ਪਿੰਡ ਬਾਪੂ ਕਿਹੜਾ ਕੋਟਲ ਅੱਛਾ ਅੱਛਾ ਆਜੋ 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 ਸੋ ਬਾਪੂ ਜੀ ਟਰੈਕਟਰ ਲਿਆ ਨਵਾਂ ਚੀਜ਼ ਦੇਖਣ ਵਾਲੀ ਹੈ ਇਹ 95-63 ਅੱਛਾ ਇਹ 63 ਹੌਸ ਪਾਵਰ ਉਹ 9500 ਵਾਲੀ ਕੈਟਾਗਰੀ ਵਾਲਾ ਆ ਗਿਆ ਪਹਿਲਾਂ ਵਾਲਾ ਹਨਾ ਜੀ ਤੇ ਟਾਇਰ ਸਾਈਜ਼ ਮੁੱਲਾ 9524 ਤੇ ਸਮਾਰਟ ਸੀਰੀਜ਼ ਆ ਗਈ ਇਹ ਬਾਪੂ ਜੀ ਜਿਹੜਾ ਨਵਾਂ CRDA ਆ ਉਹ ਵਾਲਾ ਅੱਛਾ ਜੀ ਉਹੀ ਚੀਜ਼ ਹੈ ਇਹ ਮਤਲਬ ਜਿਹੜਾ ਤੁਸੀਂ ਪਹਿਲਾਂ ਮੈਸੀ ਵੀ ਚਲਾਇਆ ਸ਼ੁਰੂ ਤੇ ਕਮਾਲ ਦੀ ਗੱਲ ਫਿਰ ਮੈਸੀ ਲਿਆ ਨਵਾਂ ਅੱਛਾ ਜੀ ਖੇਤੀਬਾੜੀ ਖਾਸੀ ਕਰਦੇ ਹੁਣੇ ਫਿਰ ਠੀਕ ਹੈ ਜੀ ਠੀਕ ਹੈ ਫਿਰ ਤੁਸੀਂ ਵਿੱਚ ਕਟਾਇਆ ਵੀ ਹੈ ਕੋਈ ਟਰੈਕਟਰ ਕਿਹੜਾ ਕਟਾਇਆ ਤਾ ਜੀ 241 9500 ਚਲਾਇਆ ਹੋਣਾ ਪਹਿਲਾਂ ਤੁਸੀਂ ਨੇ ਅੱਛਾ ਜੀ ਇਹ ਹੁਣ ਬੜਾ ਪਹਿਲਾਂ ਹੀ ਚੱਲਿਆ ਇਹ 4x4 ਮੱਕੀਆਂ ਦੇ ਵਿੱਚ 4x4 ਟਰੈਕਟਰ ਨੀ ਲੱਭੇ ਜੀ ਇਸ ਵਾਰ ਲੋਕਾਂ ਨੇ ਰਿਸ਼ਤੇਦਾਰੀਆਂ ਚੋਂ ਵੀ ਚੱਕ ਲਿਆ ਜਿਹਨੂੰ ਜਿਹਨੂੰ ਜਿੱਥੋਂ ਮਿਲਿਆ ਹਾਂਜੀ ਹਰੇਕ ਪਾਸੇ ਨੂੰ ਬਾਪੂ ਜੀ ਕਹਿਣ ਦੀ ਗੱਲ ਹੈ ਇਹਦਾ ਖਰਚਾ ਘੱਟ ਹੈ ਦੂਏ ਨਾਲੋਂ ਦੇਖਿਓ ਤੁਸੀਂ ਚਲਾਉਂਗੇ ਨਾਲ ਠੀਕ ਹੈ ਫਿਰ ਉੱਥੇ ਖੜੀ ਹੈ ਅੱਛਾ ਤੁਸੀਂ ਖੇਤ 'ਚ ਚਲਾਉਂਗੇ ਇਹਨੇ ਖਰਚਾ ਤੁਹਾਡੇ 241 ਤੇ ਵੀ ਘਟਾਉਣਾ ਦੇਖਿਓ ਤੁਸੀਂ ਜਮਾ ਕੇ ਹਾਂ ਸਾਡੇ ਕੋਲ ਦੂਆ CRDA ਨੋਵੋ ਹੈ ਪਰ ਮੈਂ ਕਹਿੰਦਾ ਇੰਨਾ ਆਨੰਦ ਉਹਦਾ CRDA ਦਾ ਸੋ ਪਿਛਲੇ ਟਾਇਰ 16-28 ਛਤਰੀ ਮਤਲਬ ਕੰਪਨੀ ਤੋਂ ਨੀ ਆਉਂਦੀ ਛਤਰੀ ਇੱਥੋਂ ਲਵਾਉਣੀ
बाकी वैसे ही मूरे तो भारा ही अपना देखिए अपना ही मैनुफैक्चरिंग है जी ਇਹਦੀ ਮੈਸੀ ਦੀ ਬਾਕੀ ਤੁਸੀਂ ਦੇਖੋ ਟਰੈਕਟਰ ਦੀ ਬੜੀ ਸੋਹਣੀ ਹੁਣ ਆਪਾਂ ਆਵਾਜ਼ ਕੋ ਚੈੱਕ ਕਰਾਉਂਦੇ ਆ ਦੇਖਣ ਨੂੰ ਤਾਂ ਬੜਾ ਸੋਹਣਾ ਸਮਾਰਟ ਸੀਰੀਜ਼ ਵੈਸੇ ਹੀ ਬੜੀ ਸੁਨੱਖੀ ਹੈ ਭਰਮਾ ਜਿਹਾ ਲੱਗਦਾ ਇੱਕ ਤਰ੍ਹਾਂ ਦਾ ਇਹ 63 ਹਾਰਸ ਪਾਵਰ ਹੈ ਇਹਦੀ ਪੀ ਟੀ ਓ ਵਾਲੀ ਸਪੈਕ ਉਹ ਨਹੀਂ ਹੈਗੀ ਦੂਜੀ ਲੱਗੀ ਹੋਈ ਟੈਂਪਲੇਟ ਜੀ ਇੱਥੇ ਕਿਤੇ ਹੈ ਵੀ ਨਹੀਂ ਸੋ ਬਾਕੀ ਡਿਸਟ੍ਰੀਬਿਊਟਰ ਬਾਕੀ ਤਾਂ ਸਾਰਾ ਸੇਮ ਹੈ ਪਿੱਛੋਂ ਮੇਰੇ ਹਿਸਾਬ ਨਾਲ ਤਾਂ ਬਾਕੀ 9500 ਮੰਗ ਸੇਮ ਜਿਹੀ ਆ चाबी नाल करी गई है ना ਫਿਰ ਇਹ ਹੁਣ ਆ ਹੋ ਗਿਆ ਇਹ ਆਪਾਂ ਨੇ ਇੱਥੋਂ ਅਨਲੋਕ ਕਰਕੇ ਅਤੇ ਹੁਣ ਇਹ ਸਟਾਰਟ ਹੋਊਗਾ ਆ ਲੈ ਅੱਛਾ ਐਂ ਚਾਬੀ ਇਹਦੀ ਸ਼ੋ ਇਹਦੇ ਨਾਲ ਖੁੱਲਦੀ ਚਾਬੀ ਨਾਲ ਜਾਂ ਕਿਵੇਂ ਜੀ ਪਿੰਨੇ ਲੱਗੀ ਵੀ ਸੋ ਆ ਇਹਦੀ ਚਿੜੀ ਜੀ ਹੈ ਅਤੇ ਮੂਹਰੇ ਹੀ ਬੈਂਟਰੀ ਆ ਗਈ ਇਹਦੀ ਸੈਮਰੋਨ ਦੀ ਬਲੈਕ ਐਮਰੋਨ ਸੋਹਣੀ ਬੈਂਟਰੀ ਵੀ ਠੀਕ ਹੈ ਅਤੇ ਆਹ ਭਾਈ ਇਹਦਾ ਏਅਰ ਕਲੀਨਰ ਆ ਗਿਆ ਆ ਟਰਬੋ ਵਾਲਾ ਆ ਗਿਆ ਅਤੇ ਪਿੱਛੇ ਰੇਡੀਏਟਰ ਵੀ ਬੜਾ ਸੋਹਣਾ ਅਤੇ ਡੀਜ਼ਲ ਟੈਂਕੀ ਹਰੇਕ ਵਾਰ ਦੀ ਤਰ੍ਹਾਂ ਮੈਂ ਇਸੀ ਨੇ ਉੱਪਰੇ ਦਿੱਤੀ ਹੈ ਡੀਜ਼ਲ ਟੈਂਕੀ ਬਾਪੂ ਜੀ 19 ਕੇ ਕਹਿੰਦੇ ਕਿ ਬੜੀ ਅੱਛਾ ਬੜੀ ਕਰਤੀ ਅੱਛਾ ਜੀ 70 ਲੀਟਰ ਦੀ ਕਰੀ ਅੱਛਾ ਸਟਾਰਟ ਨਿਊਟਰਲ ਇਧਰਲੀ ਸਾਈਡ ਨਿਊਟਰਲ ਕਰ ਲਿਓ ਤੋਰ ਕੇ ਰੇਸ ਪੁੱਠੀ ਹੈ ਪੁੱਠੀ ਕੰਮ ਕਰਦੀ ਹੈ ਹਲੇ ਬਾਪੂ ਬਸ ਚੌ ਚੌ ਚ ਗੇੜੇ ਹੀ ਲਾਏ ਹੋਣੇ ਹਲੇ ਕੁਛ ਦੇਖਿਆ ਤਾਂ ਨੀ ਕੁਛ ਚਲਾ ਕੇ ਕਾਸੇ ਪਰ ਅੱਜ ਸਤਰੀ ਲੋੜ ਆ ਗਈ ਵੈਸੇ ਹੁਣ ਤਾਂ ਫਿਲਹਾਲ ਬਰਸਾਤ ਕਰਕੇ ਹਲੇ ਖੇਤ ਵੀ ਨੀ ਵਿਹਲਾ ਕੋਈ ਇਹ ਤਾਂ ਹੁਣ ਗਾਹਾਂ ਉਹਦੇ ਚ ਜੀਰੀਆਂ ਦੀ ਪੜਾਈਆਂ ਚ ਚੱਲੂ ਹਾਂ ਬਿਲਕੁਲ ਉਹਦੇ ਚ ਟਰਾਈ ਹੋਣੀ ਆ ਫਿਰ ਟਰੈਕਟਰ ਇਹ ਜਿਹੜਾ 4x4 ਆ ਨਾ ਇਹਦਾ ਫੇਰ ਤੁਹਾਡਾ ਤਜਰਬਾ ਰਿਹਾ ਪਹਿਲਾਂ ਤੋਂ ਹੀ ਮੈਸੀ ਬਿਲਕੁਲ ਹਾਂਜੀ ਹਾਂਜੀ ਹੁਣ ਦੂਜੀ ਓ ਲੱਗਣੀ ਆ ਹੁਣ ਜਿਹੜੀ ਫਾਈਬਰ ਵਾਲੀ ਓ ਲੱਗਣੀ ਆ ਹੁਣ ਮੰਨਦੇ ਨੀ ਜੀ ਹਾਂ ਦੱਬ ਦੋ ਬਸ ਥੱਲੇ ਨੂੰ ਦੱਬ ਦੋ ਜੀ ਇਹ ਬਸ ਲੱਗ ਗਈ ਤੇ ਮਤਲਬ ਪਤਾ ਕੀ ਗੱਲ ਹੋ ਜਾਂਦੀ ਜੀ ਹੁਣ ਤੁਸੀਂ ਚਲਾਇਆ ਐਵੇਂ ਆਪਾਂ ਬਹੁਤੀ ਸਲਾਹਾਂ 'ਚ ਵੀ ਪਈ ਜਾਈਏ ਫਿਰ ਮਨ ਵੀ ਖਰਾਬ ਹੁੰਦਾ ਜੀ ਜਿੱਧਰ ਆਪਣੀ ਰੂਹ ਹੈ ਹਾਂ ਹਾਂ ਬਿਲਕੁਲ ਆਪਣੀ ਆਪਣੇ ਆਪ ਦਾ ਵੀ ਹਾਂਜੀ ਥੇੜੀ ਨਾਲ ਮੋੜ ਦਾ ਰਿਹਾ ਕੋਈ ਪ੍ਰੈਸ਼ਰ ਨਹੀਂ ਹਾਂ ਹਾਂ ਜੀ ਫਿਰ ਥੇੜੀ ਨਾਲ ਕੋਈ ਪ੍ਰੈਸ਼ਰ ਨਹੀਂ ਦਾ ਇਹਦਾ ਵੀ ਪਰ ਪਾ ਚਲੀਏ ਪ੍ਰੈਸ਼ਰ ਜੇ ਖਾ ਲੂਣ ਦੀ ਜੀ ਫੋਰ ਵੀ ਫੋਰ ਕਰਕੇ ਇਹ ਤਾਂ 4x4 ਕਰਕੇ ਜੀ ਅਸੀਂ ਵੀਰੇ ਚੱਲਦੇ ਆ ਨੇ ਟੇਪ ਕਰਾਉਂਦੇ ਆ ਫਿਰ ਤੁਸੀਂ ਆ ਜਾਓ ਦੂਹਰ ਬਾਬਾ ਜੀ ਆ ਗਏ ਬਸ ਆ ਗਏ ਠੀਕ ਆ ਵੀਰੇ ਚਲੋ ਚਲੋ ਨਹੀਂ ਬਾਕੀ ਬਾਪੂ ਜੀ ਹੋਰ ਆ ਨਾਲੇ ਟਰੈਕਟਰ ਦੀ ਸੁਨੱਖਾ ਇਹ ਜਿਵੇਂ ਮਤਲਬ ਕਾਮਯਾਬ ਰਹੇ ਆ ਹੁਣ ਥਾਈ ਇਹ ਹਾਂਜੀ ਹਾਂ ਤੇ ਇੱਕ ਵਾਰ ਆ ਜਾਓ ਤੁਹਾਨੂੰ ਆਪਾਂ ਉੱਪਰੋਂ ਮੁੜ ਦਿਖਾਈਏ ਇਹਨਾਂ ਦੇ ਤੇ ਦੂਜਾ ਬਟਨ ਦਬਣਾ ਨਹੀਂ ਜੇ 40 ਪਾਵਰ ਕਰੂ ਪਾਵਰ ਘਟਾਉਣ ਵਾਸਤੇ ਆ ਠੀਕ ਹੈ ਜੀ ਉਹ ਮੈਂ ਟਿਕਟ ਦੇ ਮਗਰ ਹੈਡੋ ਪੈ ਜਾਣੀ ਆ ਤੁਸੀਂ ਪਾਵਰ ਘਟਾਣੇ ਵਿੱਚ ਇੱਕ ਘਟਾ ਵੀ ਤੇ ਗਵਾਂਢੀਆਂ ਨੂੰ ਦੇਖ ਨਹੀਂ ਸਾਰਾ ਟਰੈਕਟਰ ਇੱਕਦਾਂ ਤੂੰ ਮਗਾ ਤੇ ਮਾਰ ਵੀ ਤੂੰ ਆ ਕੇ ਦਬ ਕਰ ਤੇ ਰਿਹਾ ਆਪਾਂ ਤਾਂ ਆਪਣੀ ਜਾਨ ਚ ਡੀਜ਼ਲ ਵੀ ਘਟਾ ਲੈਨੇ ਆ ਡੀਜ਼ਲ ਘਟਾ ਦਿੰਦੇ ਆ ਚੱਕਰ ਪੈਂਦਾ ਹਾਂ ਉਹ ਆਹੀ ਫਰਕ ਹੈ ਨਾਲ ਉਹਦਾ ਹੋਰ ਕੋਈ ਖਾਸ ਫਰਕ ਨਹੀਂ ਫਰਕ ਕੀਮਤ 'ਚ ਵੀ ਥੋੜਾ ਬਹੁਤਾ ਹੀ ਹੈ ਮਾਮੂਲੀ ਜਿਹਾ ਫਰਕ ਆ ਤੇ ਸਟਾਰਟ ਕਰਦੇ ਆ ਇਹਦੀਆਂ ਸਪੀਡਾਂ ਹੈਗੀਆਂ ਨੇ 1 2 3 ਇੱਧਰ ਆ ਗਏ ਤੇ ਆ ਲੋ ਹੈ
ਅੱਛਾ ਲੋ ਹਾਈ ਆ ਗਿਆ ਚੌਕ ਹੋਈ ਬ੍ਰੇਕ ਹੈ ਇਹ ਵਾਲੀ ਪਾਰਟ ਅੱਛਾ ਬ੍ਰੇਕ ਹੈ ਜੀ ਠੀਕ ਹੈ ਠੀਕ ਹੈ ਮਿੱਤਰੋਂ ਬੈਂਪਰ ਲਵਾ ਲਿਆ ਸੀ ਅਤੇ ਦੇਖੋ ਡਸਟ ਕਰਕੇ ਕਿੰਨਾ ਹੈ ਨਾ ਚਲੋ ਖੈਰ ਇਹ ਤਾਂ ਹੁਣ ਪਈ ਹੋ ਜਾਣੀ ਆ ਗੋਤ ਗੂਤ ਲਿਖਾ ਰਹੇ ਹਾਂ ਗੱਭਰੂ ਕਹਿੰਦਾ ਲਵਾਉਣਾ ਮੂਹਰੇ ਆਪ ਤਾਂ ਉਹਦੇ ਹੈ ਨਹੀਂ ਸਾਨੂੰ ਠੇਕਾ ਦੇ ਕੇ ਕਹਿੰਦਾ ਲਵਾ ਦਿਓ ਵੀਰੇ ਜੋ ਕੁਛ ਲਵਾਉਣਾ ਸੋ ਆਹ ਲੱਗਿਆ ਬਾਕੀ ਕਹਿੰਦਾ ਚੈਨਲ ਦਾ ਨੇਮ ਜ਼ਰੂਰ ਲਿਖਾਉਣਾ ਹੈ ਯੂਟਿਊਬ ਵਾਲੇ ਦਾ ਅਤੇ ਆਪਣੇ ਚੈਨਲ ਦਾ ਨੇਮ ਵੀ ਆ ਗਿਆ ਅਤੇ ਉਸ ਤੋਂ ਬਾਅਦ ਪਿੱਛੇ ਕਹਿੰਦਾ ਬਖਸ਼ ਦਿਆਲ ਲਵਾਓ ਕੀਤੀਆਂ ਬਾਪੂ ਨੇ ਸਭ ਰੀਝਾਂ ਪੂਰੀਆਂ ਸੋ ਪੂਰਾ ਸ਼ੌਂਕ ਰੱਖਦਾ ਵੀ ਕੰਮ ਕਰਦਾ ਇੱਧਰ ਆਪਣੀ ਆਈ ਡੀ ਲਵਾ ਲਈ ਗੁਰਜੋਤ ਬੈਂਸ ਸੋ ਇੱਧਰ ਵੀ ਮਰਜ਼ੀ ਕਰਿਓ ਕੋਲ ਅਤੇ ਬਾਕੀ ਹੋਰ ਫਿਲਹਾਲ ਕੁਛ ਨਹੀਂ ਚੱਕਿਆ ਸੀ ਕਹਿੰਦਾ ਮਲਸੜੀ ਜਿਹੀ ਇੱਥੇ ਪਹਿਲਾਂ ਗਏ ਤਾਂ ਕਰਾਉਣ ਨੂੰ ਮੈਂ ਵੀ ਤੇਰੀ ਮਰਜ਼ੀ ਹੈ ਕਰਾਉਣੇ ਕਰਾ ਲੈ ਨਹੀਂ ਤਾਂ ਵੀ ਦੇਖ ਲਾ ਹੈ ਨਾ ਵੀ ਜਦ ਤਾਰਦੇ ਹਾਂ ਵੀ ਜਦ ਵੀ ਸਮੱਸਿਆ ਛੇੜਦੇ ਹਾਂ ਜੇ ਤਾਂ ਮਹਾਂ ਮਗਰਾੜ ਅਤੇ ਤੇਰੇ 'ਤੇ ਰੱਖਣਾ ਪੈਂਦਾ ਸਮਾਨ ਜਾਂ ਫਿਰ ਲਵਾ ਲੈ ਹੈ ਨਾ ਤਾਂ ਕਹਿੰਦਾ ਫਿਰ ਹਲੇ ਫਿਰ ਕਰਾ ਲਾਂਗੇ ਜੇ ਕਦੇ ਲੋੜ ਪਈ ਅਤੇ ਆਹ ਮੂਰੇ ਇਹਨੇ ਦੂਏ ਲਵਾਏ ਹਾਂ ਘੋੜੇ ਜੇ ਅਤੇ ਬਾਕੀ ਠੀਕ ਬਣ ਗਿਆ ਟਰੈਕਟਰ ਤਾਂ ਬੈਂਪਰ 27 ਇੰਚ ਲਵਾਏ ਜੀ ਇਹਦਾ ਰੇਟ ਰੂਟ ਦੀ ਗੱਲ ਦੱਸਦੇ ਆਪਾਂ ਤੁਹਾਨੂੰ ਕਿੰਨੇ ਕੁ ਦਾ ਪਿਆ ਹੈ ਨਾ ਕੁੱਲ ਅਵਨੀ ਕਿੰਨਾ ਇੱਕ ਕੁਇੰਟਲ ਕਿੰਨਾ ਹੋਇਆ 4 ਕਿਲੋ 1 ਕੁਇੰਟਲ 4 ਕਿਲੋ ਅਤੇ ਕੁਛ ਐਵੇਂ ਦਾ ਟਰੈਕਟਰ ਲੱਗ ਰਿਹਾ ਹੁਣ ਲਓ ਜੀ ਘਰੇ ਪਹੁੰਚ ਗਏ ਅਤੇ ਦੱਸਿਓ ਟਰੈਕਟਰ ਕਿਵੇਂ ਲੱਗਦਾ ਹੁਣ ਬੈਂਪਰ ਲੱਗੇ ਤੇ ਗੱਭਰੂ ਉੱਠਦਾ ਪੂਰਾ ਘੋੜਾ ਬਣਾਇਆ ਵਾ ਘੋੜਾ ਕੁਛ ਹੌਲੀ ਹੌਲੀ ਜਿਹਾ ਟਾਇਰ ਦੂਏ ਪੈ ਜਾਣੇ ਫਿਰ ਖਤਰਨਾਕ ਲੱਗੂ ਪੂਰਾ ਹਾਂ ਅਤੇ ਉੱਪਰ ਚੈਨਲ ਦੀ ਬ੍ਰੈਂਡਿੰਗ ਇੰਸਟਾਗ੍ਰਾਮ ਅੱਛਾ ਬਾਈ ਨੇ ਇੱਧਰ ਵੀ ਲਾਤਾ ਹੈ ਠੀਕ ਹੈ ਠੀਕ ਹੈ ਅਤੇ ਅੱਛਾ ਬੈਂਪਰ ਦਾ ਦੱਸ ਦਈਏ ਵੀ ਕੀ ਰੇਟ ਰੂਟ ਲੱਗਿਆ ਬੈਂਪਰ ਲੱਗਿਆ ਬਾਈ ਇਹ 130 ਨੂੰ ਵੀ ਲੱਗੀ ਜਾਂਦਾ 135 ਨੂੰ ਵੀ ਲੱਗੀ ਜਾਂਦਾ ਹੈ ਨਾ ਅਤੇ ਬਾਕੀ ਲੋਟ ਆ ਇਹਦਾ ਜਿਹਦੀ ਜਿਵੇਂ ਮਤਲਬ ਡੀਲ ਜਿੱਥੇ ਕਿ ਠੀਕ ਲੱਗਦੀ ਹੈ ਉੱਥੇ ਹੈ ਹੁਣ ਜਣੀ 1 ਕੁਇੰਟਲ 4 ਕਿਲੋ 200 ਗ੍ਰਾਮ ਦਾ ਹੋਇਆ ਸੋ ਆਪਣਾ ਦੇਖ ਲਿਓ ਨਾ ਮੋਟਾ ਮੋਟਾ ਕਿੰਨਾ ਕੁ ਆਈਡੀਏ ਨਾਲ ਬਣਦਾ ਹੋਇਆ ਗੱਭਰੂ ਛੋਟੇ ਮੋਟੇ ਖਰਚੇ ਕਈ ਹੋ ਗਏ ਅੱਜ ਹੈ ਨਾ ਵਾਧੂ ਹੋ ਗਏ ਹਾਏ 500-1000 ਕਰਦੇ ਲੱਗੀ ਹੋ ਜਾਏ ਬਾਕੀ ਕੁਛ ਨਹੀਂ ਗਿਣਿਆ ਗਿਆ ਸੋ ਬਾਕੀ ਇੰਨਾ ਸੀ ਅੱਜ ਦਾ ਬਲੌਗ ਟਰੈਕਟਰ ਦਾ ਕੁਛ ਅੱਛਾ ਟਰੈਕਟਰ ਦਾ ਕੀ ਲੈ ਕਰਾ ਕੇ ਫਜੰਸ ਚੋਂ ਜਾਂ ਅਸੀਂ ਉੱਧਰ ਤੇ ਜਾਂ ਅਸੀਂ ਇੱਕ ਦਾ ਟੱਕਣ ਲਈ ਕਰਦਾ ਦੀ ਹਾਂ ਦੂਜਾ ਜਿਹੜੇ ਇੰਡੀਕੇਟਰ ਨਹੀਂ ਤਾਂ ਕਿਹਾ ਤਾਂ ਚੱਲਦੇ ਨਹੀਂ ਹਾਂ ਹਾਂ ਉਹ ਇੱਕ ਦਾ ਗਾਰੇ ਕਰਕੇ ਕੋਈ ਕੋਈ ਤਾਰ ਟੁੱਟ ਗਈ ਦੀ ਇੱਕ ਰਿਲੇ ਹੁੰਦੀ ਹੈ ਇਹਦੇ ਚ ਇੰਡੀਕੇਟਰ ਹੁੰਦੀ ਇੰਡੀਕੇਟਰ ਉਹ ਖਰਾਬ ਹੋਈ ਵੀ ਤੇ ਉਹ ਕਰਾਈ ਆ ਉਹ ਨਵੀਂ ਪਾਤੀ ਜਾਂ ਉਹੀ ਸੈੱਟ ਕਰਤੀ ਨਾ ਉਹੀ ਸੈੱਟ ਕਰੀ ਹੈ ਜੇ ਗਏ ਸੀਗੇ ਏਜੰਸੀ ਚ ਉਹ ਲਾਉਂਦੇ ਆ ਮਹਿੰਗੀ ਬਹੁਤ
ਏਜੰਸੀ 'ਚ ਸਮਾਨ ਮਹਿੰਗਾ ਥੋੜ੍ਹਾ ਜਿਹਾ 1100 ਦੀ ਫਿਰ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਵੀ ਬਦਲੋ ਨਾ ਆਪਾਂ ਨੇ ਐਵੇਂ ਲਿਆ ਕੇ ਲਾ ਦੇਣੀ ਉਹਦਾ ਬਸ 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 ਠੀਕ ਹੈ ਤੇ ਇੱਕ ਹੁਣ ਬਾਰ ਲਾਈਟ ਰਹਿ ਗਈ ਇਹਨਾਂ ਦੀ ਮੂਹਰੇ ਵਾਲੀ ਬਾਰ ਲਾਈਟ ਆਪਾਂ ਲਾਵਾਂਗੇ ਕੱਲ ਕੋਲੋਂ ਇੱਕ ਅੱਧੇ ਦਿਨ 'ਚ ਪੱਤੀਆਂ ਦੇ ਜਗਾੜ ਕਰਕੇ ਨਾ ਬਸ ਐਵੇਂ ਲੱਗ ਜਾਂਦੀ ਫਿਰ ਤਾਂ ਲਾ ਲੈਂਦੇ ਬਸ ਠੀਕ ਹੈ ਬਾਕੀ ਟਰੈਕਟਰ ਸੋਹਣਾ ਲੱਗਦਾ ਬਾਈ ਬਸ ਰੇਸ ਨਹੀਂ ਖੁਲਵਾਈ ਕਿਉਂਕਿ ਹਲੇ ਗਰੰਟੀ ਵਾਰੰਟੀ ਕਰਕੇ ਹਾਂ ਹਾਂ ਸਾਰੇ ਪਾਸਿਓਂ ਪੂਰੀ ਆਈਡੀ ਗੱਭਰੂ ਦੀ ਵੀ ਹੋ ਗਈ ਇੱਧਰ चलो ठीक है जी बाकी बहुत बहुत धन्यवाद थोड़ा वीडियो देखने वास्ते आज का ब्लॉग इतने तक सी सो मिलते हैं अगे होर नवे ब्लॉग के नाल दिओ इजाजत सत श्री अकाल।